ਗਿਆ ਗਾਰਡਨ ਵਿੱਚ ਬਾਹਰ ਯਾਰ ਕਿਤੇ ਬੰਦਾ ਸੰਦਾ ਮਰਵਾ ਵੇਲੇ ਅਸੀਂ ਰਹਿ ਨਹੀਂ ਸਕਦੇ ਪਤਾ ਜੀ ਡਰੋ ਨਾ ਇੱਥੇ ਰਹੋ ਤੁਸੀਂ ਡਰਨਾ ਨਹੀਂ ਅਸੀਂ ਕੌਣ ਡਰਦਾ ਦਾਟੇ ਲਾ ਰਹੇ ਹੋਵੇ ਵੀਰੇ ਗੱਲ ਨਹੀਂ ਤੂੰ ਆ ਜਾ ਨਾਦੀ ਅਹਿਮਦ ਨਾਲ ਬੰਦਾ ਮਾਰਨਾ ਦਾ ਕੌਣ ਹੈ ਬਲਵਾਉਸ ਉਹ ਤੇਰੀ ਬਾਣ ਕੀ ਤੇਰੀ ਕੀ ਇਹ ਗੋਲੀ ਨਹੀਂ ਮਾਰਦਾ ਸਿਰ ਬਾਣ ਹੀ ਕੱਢਦਾ ਏ ਉਹ ਗਾਲਾਂ ਨਾਲ ਨਹੀਂ ਮਰਦੇ ਅਸੀਂ ਹਾਂਜੀ 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 ਪਹੁੰਚ ਗਿਆ ਮੈਂ ਪਹੁੰਚ ਗਿਆ ਹਾਂ ਪੁੱਤਰ ਇਸ ਤਰ੍ਹਾਂ ਕਰੋ ਹਾਂ ਹਾਂ ਕੋਠੇ ਤੇ ਪਹੁੰਚ ਗਿਆ ਜੀ ਚਲੋ ਸਰ ਹਾਂ ਪੁੱਤਰ ਇਸ ਤਰ੍ਹਾਂ ਕਰੋ ਆਪਣਾ ਨੋਟਾਂ ਦੀ ਬੋਰੀਆਂ ਭਰ ਕੇ ਪਹੁੰਚੋ ਇੱਥੇ ਨੋਟਾਂ ਦੀਆਂ ਬੋਰੀਆਂ ਟੁਰ ਗਏ ਪੁੱਤਰ ਮੈਡਮ ਆ ਜਾ ਪੁੱਤਰ ਆ ਜਾ ਉਹਦੇ ਨਾਲ ਪੈਗਾਮ ਆ ਸੀ ਤੇ ਚੌਧਰੀ ਨੇ ਆਣਾ ਤੇਰੀ ਕੁੜੀ ਦਾ ਗਾਣਾ ਸੁਣਨ ਵਾਸਤੇ ਖੈਰ ਸੁਣਾ ਸਲਾਮ ਅਲੈਕੁਮ ਜੀ ਜੀ ਵਾਲੇਕੁਮ ਸਲਾਮ ਹਾਂ ਪੁੱਤਰ ਮੇਨ ਤਵਾਇਫ ਲੱਭ ਗਈ ਇੱਥੇ ਹੀ ਹੈ ਪੁੱਤਰ ਉਸੇ ਤਵਾਇਫ ਲਈ ਕਹਿੰਦਾ ਫਿਲਮ ਸਾਰ ਹੈ ਉਹ ਕੋਈ ਗੱਲ ਨਹੀਂ ਮੈਂ ਤਾਂ ਮੁਜਰਾ ਸੁਣਨ ਲਿਆ ਪੁੱਤਰ ਪਹੁੰਚੋ ਹਾਂ ਨੋਟ ਪਾ ਲਓ ਬੋਰੀਆਂ ਦੇ ਵਿੱਚ ਬੋਰੀਆਂ ਚ ਨੋਟ ਅੱਛਾ ਮੇਰੀ ਗੱਲ ਸੁਣੋ ਆਪਣਾ ਬੰਦੂਕਾਂ ਛੱਡੋ ਬੈਣਾ ਕੱਢੋ ਜਾ ਅੱਛਾ ਜੀ ਹਾਂ ਪਹੁੰਚੋ ਪੁੱਤਰ ਪਹੁੰਚੋ ਅਸੀਂ ਉਹ ਨਹੀਂ ਦੱਸਣ ਵਾਲੇ ਦੱਸਨੇ ਇਹ ਚੌਧਰੀ ਜਿਹੜਾ ਨਾ 5-5 ਲੱਖ ਰੁਪਏ ਦੇ ਛੱਟੇ ਮਾਰਦਾ ਹੀ 5-5 ਲੱਖ ਨੇ ਇੱਕ ਵਾਰੀ ਉਹਦੇ ਮੁਜਰਾ ਇੱਥੇ ਖੁਦਾ ਦਾ ਵਾਸਤੇ ਜੀ ਚੋਰੀ ਸਾਹਿਬ ਹਾਂ ਜੀ ਤੁਸੀਂ ਆਪਣਾ ਤਾਰਫ ਨਹੀਂ ਕਰਾਇਆ ਜੀ ਮੈਂ ਇਹਨਾਂ ਦਾ ਮੈਨੇਜਰ ਹਾਂ ਜਨਾਬ ਇਸ ਕੰਮ ਦਾ ਮੈਨੇਜਰ ਹੁੰਦਾ ਸਰ ਇਸ ਦਾ ਹੀ ਤੇ ਹੁੰਦਾ ਇਸ ਕੰਮ ਦੇ ਤਾਂ ਦਲਾਲ ਹੁੰਦੇ ਨੇ ਪੁੱਤਰ ਪਹੁੰਚੋ ਮੈਨੇਜਰ ਵੀ ਇੱਥੇ ਆ ਜਾਓ ਜਲਦੀ ਹਾਂ ਪਹੁੰਚ ਜਾਓ ਮੇਰਾ ਪੁੱਤਰ ਅੱਛਾ ਗੱਲ ਸੁਣੋ ਆਪਣਾ ਫ੍ਰਿਜ 'ਚ 12 ਲੱਖ ਪਿਆ ਉਹ ਵੀ ਲੈ ਆਓ ਫ੍ਰਿਜ 'ਚ 12 ਲੱਖ ਪੁੱਤਲੇ ਖਾਣੇ ਜਿੱਥੇ ਉਹ ਚੌਧਰੀ ਓਏ ਤੇ ਮਰਾਸੀਆਂ ਨੂੰ ਜਾਇਜ਼ ਹੀ ਨਹੀਂ ਉਹ ਕਿਉਂ ਮੇਰਾ ਪਿਤਾ ਬਣਵਾਉਣਾ ਹੀ ਹਾਂ ਪੁੱਤਰ ਨੋਟਾਂ ਦੀ ਚਲ ਚਲ ਜੂ ਕਰ ਦੇਣੀ ਇੱਥੇ ਸੋਹਣ ਸਾਹਿਬ ਇਹਨਾਂ ਦੀ ਬੱਚੀ ਜਿਹੜੀ ਨਾ ਮਾਸ਼ਾਅੱਲਾ ਹਾਂਜੀ ਉਹਨੇ ਫਿਲਮਾਂ 'ਚ ਕੰਮ ਸ਼ੁਰੂ ਨਹੀਂ ਕੀਤਾ ਮਨ ਨੂੰ ਨਹੀਂ ਸੀ ਰਿਹਾ ਕਿ ਅਸੀਂ ਕਿਤੇ ਗਾਣਾ ਕਰਨਾ ਲੇਕਿਨ ਮੈਂ ਤੁਹਾਡੀ ਖਾਤਰ ਮਨਾ ਲਿਆ ਇਹਨਾਂ ਨੂੰ ਮਨਾਓ ਕਿਉਂ ਨਹੀਂ ਇਹ ਤੇ ਛੱਟੇ ਮਾਰਨੇ ਸਿੱਧੇ ਹੀ ਹਾਂਜੀ ਪੈਸੇ ਤੁਹਾਡੇ ਕੋਲ ਮੈਂ ਕਹਿੰਦਾ ਕਿ 10 ਲੱਖ 3 ਜੂ ਦੇ ਦੇਣਾ ਇੱਕਦਮ ਹੀ ਸੋਹਣ ਸਾਹਿਬ ਮੇਰੀ ਫੁੱਫੋ ਦੀ ਕੁੜੀ ਬਹੁਤ ਅੱਛਾ ਨੱਚਦੀ ਹੈ ਪੁੱਤਰ ਇੱਕ ਬੋਰੀ ਵਧਾ ਲਓ ਇਹ ਘਰ ਹੋਰ ਲੱਭ ਗਿਆ ਆਪਣੀ ਬਹਿਣ ਲੈ ਆਉ ਪੁੱਤਰ ਮਿੰਟ ਮਾਰ ਮੇਰੇ ਕੋਲ ਟਾਈਮ ਕੋਈ ਨੀ ਹੈ ਪੁੱਤਰ ਪਹੁੰਚੋ ਜਲਦੀ ਗੱਲ ਕਿੱਥੇ ਰਹਿੰਦਾ ਕਿੱਥੇ ਮੈਂ ਜੀ ਇਹਨਾਂ ਦੇ ਕੋਲ ਕਿਰਾਏ ਤੇ ਰਹਿਣਾ ਜਨਾਬ ਕਿਰਾਏ ਤੇ ਕਿੱਥੇ ਹੈ ਇਕਬਾਲ ਟਾਊਨ ਵਿੱਚ ਵਧੀਆ ਘਰ ਜੀ ਦੇ ਦੇਣਾ ਹੈ ਇਕਬਾਲ ਟਾਊਨ ਹਾਂ ਜੀ 10 ਮਰ 5 ਮਰਨੇ ਨੇ ਮੇਰੇ ਮੂੰਹੋਂ ਬੰਦ ਨਿਕਲਣ ਲੱਗਾ ਸੀ ਓਏ ਮੁਸੱਦਕੇ ਹਾਏ ਹਾਏ 10 ਮਰਨੇ ਦਾ ਟੈਨਸ਼ਨ ਤਾਂ ਲੈਣੀ ਨਹੀਂ ਕਿਸੇ ਗੱਲ ਦੀ ਦੱਸਣ ਵਾਲੇ ਦੱਸਦੇ ਨੇ ਇਹਨਾਂ ਨੇ ਬੜਾ ਦਿੱਤਾ ਹੈ ਅੱਛਾ ਹਾਂ ਲੱਖਾਂ ਰੁਪਏ ਵੰਡ ਦੇਣੇ ਨੇ ਇਹ ਮਾਂ ਵੇ ਕੁੜੀ ਦੀ ਅੱਛਾ ਜੀ ਮੁਜਰਾ ਇੱਥੇ ਸੁਣੋਗੇ ਜਾਂ ਹੋਟਲ ਚੱਲੀਏ ਮੁਜਰਾ ਇੱਥੇ ਸੁਣਾਂਗੇ ਉਸ ਬਾਰੇ ਡਿਫੈਂਸ ਤੇ ਲੈ ਜਾਂਗੇ ਉੱਥੇ ਘਰ ਇਹਨਾਂ ਦੇ ਵਿੱਚ ਕਨਾਲ ਦਾ ਘਰ ਨਹੀਂ ਮਰਨਾ ਜਾਂਦੀ ਮਰਦਾ ਨਹੀਂ ਹਾਂ ਪਹੁੰਚੋ ਪੁੱਤਰ ਪੈਸੇ ਲੈ ਕੇ ਜਲਦੀ ਹੈ ਕਨਾਲ ਦਾ ਘਰ ਹਾਂ ਅਹ ਯਾ ਅੱਲਾ ਮੈਨੂੰ ਬੈਣਾ ਕਿਉਂ ਨਹੀਂ ਦਿੱਤੀਆਂ ਨਾ ਮੇਰਾ ਪੁੱਤਰ ਨਾ ਮੈਨੂੰ ਮਾਫ ਕਰ ਦੇ ਮੈਂ ਤੇਰੀ ਸ਼ਕਲ ਵੇਖੀ ਮੈਂ ਸਮਝਿਆ ਹੋ ਸਕਦਾ ਤੇਰੀਆਂ ਬਹਿਣਾ ਤੇਰੇ ਰਗੀਆਂ ਹੋਣ ਸੋਰੀ ਚੰਗੀਆਂ ਨੇ ਕੋਈ ਟੀਮ ਕਾ ਬੰਦਾ ਇਹ ਕੌਣ ਇਹ ਆਪਣਾ ਉਸਤਾਦ ਜੀ ਨੇ ਕੁੜੀ ਨੂੰ ਸਾਰੀ ਟ੍ਰੇਨਿੰਗ ਇਹਨਾਂ ਨੇ ਦਿੱਤੀ ਹੈ ਅੱਜ ਜੋ ਕੁਛ ਨਹੀਂ ਇਹਨਾਂ ਦੇ ਹੱਥਾਂ ਦੇ ਤਫੈਲ ਹੈ ਇਹ ਕਿਧਰੇ ਦੇਖ ਸ਼ਮੀਮ ਦਾ ਪੁੱਤਰ ਹੈ ਹਾਂ ਜੀ ਆਪਣਾ ਹੀ ਹੋਣਾ ਆ ਜਾ ਪੁੱਤਰ ਸ਼ਮੀਮ ਦਾ ਮੁੰਡਾ ਵੀ ਲੱਭ ਗਿਆ ਇੱਥੇ ਹਾਂ ਜੀ ਹੈ ਕੀ ਹੋਇਆ ਗੱਡੀ ਵੱਜ ਗਈ ਗੱਡੀ ਵੱਜ ਗਈ ਉਹ ਗੱਡੀ ਇੱਥੇ ਕਿਸੇ ਗਰੀਬ ਨੂੰ ਦੇ ਕੇ ਤੁਸੀਂ ਤੇ ਆਓ ਨਾ ਗਰੀਬ ਨੂੰ ਯਾ ਅੱਲਾ ਮੇਰਾ ਅੱਬਾ ਉੱਥੇ ਹੀ ਹੋਵੇ ਮੈਂ ਕਹਿੰਦਾ ਜੀ ਜ਼ਰਾ ਬੱਚੀ ਮੈਂ ਤੁਹਾਨੂੰ ਪਛਾਣ ਲਿਆ ਮਾਸ਼ਾਅੱਲਾ ਅੱਛਾ ਜੀ ਬੜੇ ਬਹਾਦਰ ਆਦਮੀ ਟੀਪੂ ਸੁਲਤਾਨ ਨਾਲ ਹੁੰਦੇ ਸੀ ਨਾ ਤੁਸੀਂ ਹਾਂ ਦੁਸ਼ਮਣਾਂ ਨੂੰ ਦੰਦੀਆਂ ਵੱਟਦੇ ਹੁੰਦੇ ਸੀ ਬਕਵਾਸ ਉਹ ਚੋਈ ਸਾਹਮਣੇ ਨਾ ਚੋਈ ਸਾਹਮਣੇ ਉਹ ਮੈਨੂੰ ਆਇਆ ਕੁੜੀਆਂ ਨਹੀਂ ਨਹੀਂ ਮੈਨੂੰ ਕਹਿੰਦਾ ਅਜੇ ਤੱਕ ਜੁਗਤ ਕੀਤੀ ਸੀ ਮੈਂ ਮਾਫੀ ਤੁਹਾਨੂੰ ਜੁਗਤ ਨਹੀਂ ਕੀਤੀ ਹੈ ਮਾਫੀ ਕੁੜੀਆਂ ਦੀ ਟਾਲੀ ਆ ਜਾਣੀ ਬੱਚੀ ਲਿਆ ਹਾਂਜੀ ਬੱਚੀ ਲਿਆ ਪੈਸੇ ਜੋ ਸਭ ਪਹਿਲੇ ਬੰਦੇ ਆ ਜਾਂਦੇ ਪੈਸੇ ਬੰਦੇ ਯਾਰ ਪੈਸਿਆਂ ਦੀ ਕੋਈ ਥੋੜ ਹੈ
ਪੁੱਤਰ ਪਹੁੰਚੋ ਜ਼ਲੀਲ ਕਰਦੇ ਪਏ ਨੇ। ਨਹੀਂ ਨਹੀਂ ਜ਼ਲੀਲ ਨਹੀਂ, ਖੁਦਾ ਨਾ ਖਾਸਾ ਅੱਲਾ ਮਾਫ਼ ਕਰੇ। ਮੈਂ ਨਾਲ ਦੇ ਕੋਠੇ ਚੱਲਣਾ। ਨਹੀਂ ਨਹੀਂ ਨਾਲ ਦੇ ਕੋਠੇ ਤੇ ਉੱਥੇ ਮੇਰਾ ਪੁੱਤਰ ਮੁੱਜਣਾ ਸੁਣਦਾ ਪਿਆ, ਉੱਥੇ ਨਾਲ ਸੁਣਨਾ। ਨਹੀਂ ਨਹੀਂ ਉੱਥੇ ਪਾਣੀ ਆ ਗਿਆ, ਤੁਸੀਂ ਇੱਥੇ ਸੁਣਨਾ। ਬੁਲਾਓ ਬੱਚੀ ਨੂੰ ਨਾਲ ਦੇ ਕੋਠੇ ਦੇ ਸਰ। ਚੌਰੀ ਸਾਹਿਬ ਇਹ ਵੀ ਤੁਹਾਡਾ ਕੋਠਾ ਹੈ। ਬੁਲਾਓ ਬੁਲਾਓ ਨੂੰ। ਆ ਨਸ਼ੀਰ ਜੀ, ਮਾਂ ਜੀ, ਜੀ ਮਾਂ ਜੀ, ਆ ਮੇਰੀ ਬੇਟੀ ਮਾਸ਼ਾਅੱਲਾ। ਸਾਹਿਬ ਚੌਧਰੀ ਸਾਹਿਬ, ਵਾਹ ਇਹ ਤੁਹਾਡੀ ਬੱਚੀ ਜੀ? ਮੇਰੀ ਹੈ। ਆ ਜੀ ਸਦਕੇ ਹੈ ਤੇ ਬੜੀ ਗੱਡੀਆ ਜੀ, ਰਿਜ਼ਲਟ ਕਿਹੜਾ ਚੰਗਾ ਦੇ ਰਹਾ ਹੈ। ਆ ਚੌਧਰੀ ਘਬਰਾਈ ਨਾ, ਉਹਦੇ ਨਾਲ ਤੈਨੂੰ ਇਹ ਗਰੇਬੀ ਟੈਪ ਦੇਣੀ ਹੈ ਬੇਬੀ। ਲਓ ਜੀ ਹੁਣ ਸ਼ੁਰੂ ਕਰਾ ਦਿਓ ਖਾਣ। ਸਾਹਿਬ ਪਤਾ ਕੀ ਹੈ, ਮੁਜਰੇ ਦੇ ਇੱਕ ਲਵਾਜ਼ਮਾਤ ਹੁੰਦੇ ਨੇ ਕਿ ਜਦੋਂ ਛੱਟਾ ਮਾਰਦੇ ਮੈਂ ਕਹਿੰਦਾ ਅੱਧਾ ਗਾਣਾ ਉਹਨੇ ਬੰਦੇ ਇੱਥੇ ਹੋਣੇ ਨੇ। ਸ਼ੁਰੂ ਕਰਾ, ਮਜ਼ਾ ਨਹੀਂ ਆਉਣਾ ਅਸਲ ਵਿੱਚ। ਫਿਰ ਤੁਸੀਂ ਚਲੋ ਬਿਠਾਓ। ਨਹੀਂ ਨਹੀਂ ਨਹੀਂ, ਆਜੋ ਆਜੋ। ਓਏ ਹਾਜ਼ਰ ਕੇ ਬਾਹਰ ਤੁਹਾਡੇ ਯਾਰ, ਉਹ ਪਹਿਲੀ ਵਾਰੀ ਮੁਜਰਾ ਛੱਡਦਾ ਹੈ। ਸਾਡਾ ਆਪਣਾ ਕੋਠਾ ਹੈਗਾ। ਆਓ